हेलो नमस्ते सत श्री अकाल आदाब दोस्तों, मैं थोड़ा दोस्त हरदीप दुआ। दोस्तों स्मार्ट सिटी लुधियाना के इशमीत सिंह म्यूजिक अकैडमी के बसंत पंचमी का त्यौहार बहुत ही धूमधाम से सैलीब्रेट किया गया। आओ देखते हैं एक रिपोर्ट और नाल नाल तुम दिखाते हैं म्यूजिक नाल जुड़े सारे इंस्ट्रूमेंट्स। इशमीत म्यूजिक अकैडमी वालों बहुत मुबारक बसंत पंचमी दी। और जितने भी संगीत के साथ इंटरेस्ट रखने वाले लोग हैं, मैं उन सबको बसंत पंचमी की हार्दिक कामनाएं देता हूँ, शुभकामनाएं देता हूँ। आप जी नूं संत पंचमी दियां बहुत बहुत मुबारक। और जिन्हें भी संगीत नूं प्यार करन वाले ने, संगीत नूं सुनन वाले ने, सारिआं नूं ही बसंत पंचमी दियां बहुत बहुत मुबारक। सो दोस्तों वेला आ चलिया प्रोग्राम अगे वधाउण दा। इस मौके ते असीं खास गलबात कीती इशमीत सिंह म्यूजिक अकैडमी दे म्यूजिक डिपार्टमेंट दे टीचर्स नाल। आओ वेखदे हां सारिआं दा बसंत पंचमी बारे की कहना है। ਸ਼ਰੋਤਿਆਂ ਨੂੰ ਮੇਰੇ ਵੱਲੋਂ ਇਸ਼ਮੀਤ ਮਿਊਜ਼ਿਕ ਅਕੈਡਮੀ ਵੱਲੋਂ ਬਹੁਤ ਮੁਬਾਰਕਾਂ ਬਸੰਤ ਪੰਚਮੀ ਦੀ। ਔਰ ਸਰਸਵਤੀ ਮਾਤਾ ਜੀ ਬਹੁਤ ਬਹੁਤ ਸਾਨੂੰ ਸਾਰਿਆਂ ਨੂੰ ਇਹ ਮੈਂ ਕਹਿਣਾ ਚਾਹੂੰਗਾ ਕਿ ਜਿੰਨੇ ਵੀ ਸੰਗੀਤ ਸ਼ਰੋਤੇ ਨੇ, ਸੰਗੀਤ ਦੇ ਸ਼ੌਕੀਨ ਰੱਖਦੇ ਨੇ, ਲੇਕਿਨ ਅੱਜ ਬਹੁਤ ਵੱਡਾ ਦਿਨ ਹੈ ਅਤੇ ਮਾਂ ਸਰਸਵਤੀ ਦੇ ਨਾਂ 'ਤੇ ਆਪਾਂ ਇਸ ਚੀਜ਼ ਨੂੰ ਮਨਾਈਏ। ਹਾਂਜੀ, ਸਾਰਿਆਂ ਨੂੰ ਮੈਂ ਤਾਂ ਚਾਹੁੰਦਾ ਕਿ ਸਾਰਿਆਂ ਨੂੰ ਇੰਟਰਸਟ ਹੋਣਾ ਚਾਹੀਦਾ ਮਿਊਜ਼ਿਕ ਵੱਲੋਂ ਅਤੇ ਮਿਊਜ਼ਿਕ ਨੂੰ ਸਿੱਖਣ ਲਈ। ਠੀਕ ਹੈ, ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਜਿਹੜੇ ਹੈਗੇ ਆ, ਸਾਰਿਆਂ ਨੂੰ ਵਧਾਈ ਦਿੰਦਾ ਜੀ ਅੱਜ ਦੇ ਦਿਨ ਲਈ। ਬਹੁਤ ਬਹੁਤ ਮੁਬਾਰਕਾਂ ਜੀ। ਮੇਰਾ ਨਾਮ ਬ੍ਰਹਮਪ੍ਰੀਤ ਸਿੰਘ ਹੈ, ਮੈਂ ਇਸ਼ਮੀਤ ਸਿੰਘ ਇੰਸਟੀਚਿਊਟ ਮੈਂ ਗਿਟਾਰ ਸਿੱਖਦਾ ਹੂੰ। ਔਰ ਜਿਤਨੇ ਵੀ ਸੰਗੀਤ ਕੇ ਸਾਥ ਇੰਟਰਸਟ ਰੱਖਣੇ ਵਾਲੇ ਲੋਕ ਹੈ, ਮੈਂ ਉਨ ਸਭ ਕੋ ਬਸੰਤ ਪੰਚਮੀ ਕੀ ਹਾਰਦਿਕ ਕਾਮਨਾਏ ਦਿੱਤਾ ਹੂੰ, ਸ਼ੁਭਕਾਮਨਾਏ ਦਿੱਤਾ ਹੂੰ। ਔਰ ਇਹ ਆਸ਼ਾ ਕਰਤਾ ਹੂੰ ਕਿ ਮਾਂ ਸਰਸਵਤੀ ਕੀ ਕਿਰਪਾ ਉਨ ਪਰ ਬਣੀ ਰਹੇ। ਥੈਂਕ ਯੂ ਜੀ। ਮੇਰਾ ਨਾਮ ਨਵਜੋਤ ਸਿੰਘ ਹੈ, ਮੈਂ ਇਸ਼ਮੀਤ ਇੰਸਟੀਚਿਊਟ ਵਿੱਚ ਜੋਬ ਕਰਦਾ ਅਤੇ ਆਪ ਜੀ ਨੂੰ ਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕ। ਮੈਂ ਦੀਪਕ ਖੋਸਲਾ ਇਸ਼ਮੀਤ ਮਿਊਜ਼ਿਕ ਅਕੈਡਮੀ ਤੋਂ ਅੱਜ ਸਾਰੇ ਹੀ ਵਿਊਅਰਸ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ। ਔਰ ਜਿੰਨੇ ਵੀ ਸੰਗੀਤ ਨੂੰ ਪਿਆਰ ਕਰਨ ਵਾਲੇ ਨੇ, ਸੰਗੀਤ ਨੂੰ ਸੁਣਨ ਵਾਲੇ ਨੇ, ਸਾਰਿਆਂ ਨੂੰ ਹੀ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਨਾਜ਼ਮਾ ਮਾਲੀ, ਡੀਨ ਆਫ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਟਿਊਟ ਔਰ ਵੋਕਲ ਡਿਪਾਰਟਮੈਂਟ ਦੇ ਐਜ਼ ਏ HOD, ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰੇ ਜਿਹੜੇ ਸਾਡੇ ਨਾਲ ਮਿਊਜ਼ਿਕ ਦੇ ਨਾਲ ਰਿਲੇਟਿਡ ਕਲਾਕਾਰ ਨੇ, ਸਿੰਗਰਸ ਹੈ, ਉਹਨਾਂ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੀ ਇਸ਼ਮੀਤ ਪਰਿਵਾਰ ਵੱਲੋਂ। ਔਰ ਤੁਸੀਂ ਜਿਵੇਂ ਜਾਣਦੇ ਹੋ, ਬਸੰਤ ਪੰਚਮੀ ਸਾਡਾ ਇੱਕ ਖੁਸ਼ੀਆਂ ਦਾ ਤਿਉਹਾਰ ਹੈ ਕਿਉਂਕਿ ਫੁੱਲ ਖਿੜ ਜਾਂਦੇ ਆ। ਔਰ ਦੂਸਰਾ ਮਾਘ ਦੇ ਮਹੀਨੇ ਵਿੱਚ ਮਨਾਇਆ ਜਾਂਦਾ, ਆਪਾਂ ਸਾਰੇ ਜਾਣਦੇ ਹਾਂ ਆਪਣੀ ਹਿਸਟਰੀ ਨੂੰ। ਤੁਹਾਨੂੰ ਇੱਕ ਵਾਰ ਫਿਰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਬਸੰਤ ਦੀਆਂ। ਬਹੁਤ ਸਾਰੇ ਆਪਾਂ ਗੀਤ ਵੀ ਸੁਣਦੇ ਹਾਂ ਬਸੰਤ ਬਹਾਰ ਦੇ, ਬਹੁਤ ਸਾਰੇ ਗੀਤ। ਮੈਨੂੰ ਹੁਣ ਇਸ ਟਾਈਮ ਯਾਦ ਇੱਕੋ ਗੀਤ ਆ ਰਿਹਾ, ਬਸੰਤ ਮੈਂ ਪੀਆ ਤੇਰੀ ਤੂੰ ਮਾਨੇ ਜਾਂ ਨਾ ਮਾਨੇ। ਬਸੰਤ ਬਹਾਰ ਦੇ ਬਹੁਤ ਸਾਰੇ ਸੌਂਗਸ ਜਿਹੜੇ ਆ ਉਹ ਇਸ ਰਾਗ ਦੇ ਉੱਤੇ ਬੇਸਡ ਹੈਗੇ ਆ, ਜਿਹੜੇ ਅਸੀਂ ਗਾਉਂਦੇ ਵੀ ਹਾਂ। ਜੇ ਸਾਡੇ ਕੋਲ ਵਕਤ ਹੁੰਦਾ ਤਾਂ ਅਸੀਂ ਤੁਹਾਨੂੰ ਜ਼ਰੂਰ ਰਿਕਾਰਡ ਕਰਕੇ ਦਿੰਦੇ, ਪਰ ਇਸ ਸਾਡੇ ਕੋਲ ਸਮਾਂ ਬਹੁਤ ਘੱਟ ਹੈ। ਸੋ ਤੁਸੀਂ ਬਸੰਤ ਦਾ ਮਤਲਬ ਸਾਡੇ ਨਾਲ ਇੱਕ ਖਾਸ ਰਿਲੇਸ਼ਨ ਰਿਸ਼ਤਾ ਜਿਹੜਾ ਆ ਉਹ ਇਹ ਹੈ ਕਿ ਇਹ ਖੁਸ਼ੀਆਂ ਦਾ ਤਿਉਹਾਰ ਹੈ ਕਿਉਂਕਿ ਫੁੱਲ ਵੀ ਖਿੜ ਜਾਂਦੇ ਆ, ਆਸੇ ਪਾਸੇ ਮੌਸਮ ਜਿਹੜਾ ਨਾ ਜ਼ਿਆਦਾ ਗਰਮੀ ਹੁੰਦੀ ਹੈ ਨਾ ਸਰਦੀ ਹੁੰਦੀ ਹੈ, ਔਰ ਸਾਨੂੰ ਵਧੀਆ ਲੱਗਦਾ ਘੁੰਮਣ ਫਿਰਨ ਲਈ। ਲੋਕ ਬਾਹਰ ਵੀ ਚਲੇ ਜਾਂਦੇ ਆ ਕਿਉਂਕਿ ਮੌਸਮ ਬੜਾ ਅੱਛਾ ਹੁੰਦਾ। ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਇਹ ਤੁਸੀਂ ਆਪਣਾ ਧਾਰਮਿਕ ਜਿਹੜੇ ਸਾਡੇ ਰੀਤੀ ਰਿਵਾਜ਼ ਨੇ ਉਹਨਾਂ ਨੂੰ ਅਸੀਂ ਕਰਦੇ ਹੋਏ ਬਸੰਤ ਪੰਚਮੀ ਮਨਾਉਂਦੇ ਹਾਂ। ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
सो दोस्तों असं आस करते कि तुहानू साडा इहदा प्रोग्राम बहुत ही वधिया लग्या होणा। अपने शहर की सफाई रखो, अपने माता पिता का ध्यान रखो, मेरे छोटे भैन भरा सारे पढ़ते लिखते रहन, क्योंकि पढ़ेगा इंडिया तो आगे बढ़ेगा इंडिया। और नाल नाल COVID-19 का समय चल रहा है, समय समय में अपने हैंड वॉश करते रहो, सैनिटाइजर का इस्तेमाल करते रहो, नाल ही नाल फेस मास्क का भी इस्तेमाल करते रहो। सो कैमरा पर्सन प्रिंस के नाल हरदीप दुआ नूं दिओ इजाजत। धन्यवाद।